ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਤੇ तमाम ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਉਲਟਪੋਟ ਅਨੁਕੜਾ ਹਾਜ਼ਰ ਹੋ ਚੁੱਕੀ ਐ ਤੇ ਮੇਰੇ ਨਾਲ ਦੀ ਕੁਰਸੀ ਤੇ ਵਿਰਾਜਮਾਨ ਨੇ ਅਰुण ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਮੈਨੂੰ ਲੱਗਿਆ ਤੁਸੀਂ ਨਾ ਹੁਣ ਜਿੱਦਾਂ ਹੁਣ ਸਤਵਿੰਦਰ ਭਾਜੀ ਨੂੰ ਇੱਥੇ ਬਿਠਾਣੇ ਹੋ ਤੁਸੀਂ ਰੰਧਾਵਾ ਸਾਹਿਬ ਨੂੰ ਔਰ ਉਹ ਜਿੱਦਾਂ ਪੈਂਦੇ ਆ ਟੁੱਟ ਕੇ ਖਾਣ ਨੂੰ ਪੈਂਦੇ ਜਿੱਦਾਂ ਕੈਮਰੇ ਨੂੰ ਮੈਂ ਤੁਸੀਂ ਉਧਰ ਦੇ ਐਕਸਪੈਕਟ ਨਹੀਂ ਸਤ ਸ੍ਰੀ ਅਕਾਲ ਜੀ ਮੈਂ ਸਤਵਿੰਦਰ ਉਧਰ ਤਾਂ ਤੁਸੀਂ ਐਕਸਪੈਕਟ ਕੀਤਾ ਹੋਣਾ ਸ਼ਾਇਦ ਮੈਂ ਬੜਾ ਠੰਡਾ ਜਾ ਰਿਹਾ ਨਹੀਂ ਮੈਂ ਕੁਝ ਐਕਸਪੈਕਟ ਨਹੀਂ ਕੀਤਾ ਸੀ ਮੈਨੂੰ ਐ ਸੀ ਕਿ ਤੁਸੀਂ ਨਾਰਮਲੀ ਬੋਲੋਗੇ ਅੱਛਾ ਠੀਕ ਹੈ ਹੋਰ ਸੁਣਾਓ ਜੀ ਠੀਕ ਹੋ ਵਧੀਆ ਵਧੀਆ ਅੱਛਾ ਅਸੀਂ ਮਤਲਬ ਗੱਲਬਾਤ ਕਰਨੀ ਹੁੰਦੀ ਨਾ ਬੜੀ ਕੈਂਡ ਕੈਂਡ ਦੀਆਂ ਚਲੋ ਹੋ ਜਾਂਦੀਆਂ ਨੇ ਤੁਸੀਂ ਦੇਖਿਆ ਹੋਣਾ ਵੀ ਜਦੋਂ ਪ੍ਰਚਾਰ ਟਾਈਮ ਦੇ ਉੱਤੇ ਤੇ ਬੜੇ ਲੋਕੀ ਸੋਚਦੇ ਨੇ ਨਾ ਪਾਰਟੀਆਂ ਬੜਾ ਜ਼ੋਰ ਲਾਉਂਦੀਆਂ ਨੇ ਵੀ ਕਿਸ ਤਰੀਕੇ ਨਾਲ ਨਵਾਂ ਜੀ ਤਰੀਕੇ ਨਾਲ ਪ੍ਰਚਾਰ ਕੀਤਾ ਜਾਵੇ ਕਿ ਢੰਗ ਤਰੀਕਾ ਲੱਭਿਆ ਜਾਵੇ ਇਦਾਂ ਦਾ ਵੀ ਸਿੱਧਾ ਅਸੀਂ ਨਾ ਮਤਲਬ ਲੋਕਾਂ ਦੇ ਦਿਲ ਚ ਉੱਤਰ ਜੀ ਦਿਲ ਚ ਵੱਜਿਆ ਨ ਖੁੱਭ ਜੀ ਇਹਦੇ ਵਿੱਚ ਤੀਰ ਮੰਗਦਾ ਖੱਚ ਤੱਕ ਦਿਲ ਚ ਵੱਜ ਜੀ ਹਾਂ ਮਤਲਬ ਅਗਲਾ ਜੋ ਕੋਈ ਧੜਕਣ ਵੀ ਸੁਣੇ ਨਾ ਭਣੀ ਜਿਵੇਂ ਦੌੜ ਕੇ ਆ ਹੋਵੇ ਨਾ ਟੱਕਿਆ ਆ ਹੋਵੇ ਕਿਤੋਂ ਦੀ ਤੇ ਉਹਦੀ ਧੜਕਣ ਤੇਜ਼ ਤੇ ਚੱਲਦੀ ਆ ਧਕ 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 ਬਿਲਕੁਲ ਇਹਨਾਂ ਨੂੰ ਇਹ ਹੁੰਦਾ ਵੀ ਮਤਲਬ ਅਗਲੇ ਜੇ ਧੜਕਣ ਵੀ ਚੱਲੇ ਨਾ ਤਾਂ ਐ ਚੱਲੇ ਮਤਲਬ ਮੇਰੇ ਪਾਰਟੀ ਦਾ ਨਾਮ ਗੋਦ ਬੀ 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 ਹਾਂ ਉਦੋਂ ਦੀ ਆ ਪਾ 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 ਉਦੋਂ ਦੀ ਕਾਂਗਰਸ 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 ਬੋਲਟ ਵੀ ਵਾ ਕੇ ਰਿ ਪਟਾਕਾ ਮਾਰਨ ਬੋਲਟ ਤੁਸੀਂ ਦਵਾਰ ਕਾਂਗਰਸ ਕਾਂਗਰਸ ਆ ਜਿਵੇਂ ਜਨਰੇਟਰ ਚੱਲਦਾ ਹੁੰਦਾ ਇਹਨਾਂ ਦਾ ਬਸ ਇਹ ਇਹ ਜਨਰੇਟਰਾਂ ਚ ਵੀ ਆਪਣੇ ਪਾਰਟੀਆਂ ਦੇ ਨਾਮ ਕਢਵਾ ਲੈਣੇ ਲੀਡਰਾਂ ਦੇ ਨਾਮ ਕਢਵਾ ਲੈਣੇ ਚੱਪਿਚੇ 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 ਦੇਖਿਆ ਮੈਂ ਇੱਕਦਮ ਕਾਪੀ ਕਰਦਾ ਹੈ ਜਨਰੇਟਰ ਨੂੰ ਹਾਂਜੀ ਮਤਲਬ ਵੱਖਰੇ ਜਿਹੇ ਅੰਦਾਜ਼ ਹੀ ਸੀਗਾ ਜਿਹੜੀ ਹੁਣ ਪਾਰਟੀ ਨੇ ਮਤਲਬ ਚੁਣਿਆ ਸੋਚਿਆ ਮਤਲਬ ਪਤਾ ਨਹੀਂ ਹਲੇ ਤੱਕ ਤਾਂ ਮਤਲਬ ਸਪਸ਼ਟਿਕਰਨ ਕੋ ਦਿੱਤਾ ਨਹੀਂ ਆ ਕੇ ਵੀ ਮਤਲਬ ਪਾਰਟੀ ਨੇ ਕੀਤਾ ਸੀ ਕਿ ਕੋਈ ਆਪ ਹੀ ਆਪ ਮੁਹਾਰੇ ਹੋ ਕੇ ਇੱਕ ਗਰੁੱਪ ਜਿਹੜਾ ਲੱਗ ਪਿਆ ਪਰ ਲੱਗਦਾ ਨਹੀਂ ਹੈਗਾ ਵੀ ਆਪ ਮੁਹਾਰੇ ਇੰਨਾ ਵੀ ਕੋਈ ਪਾਰਟੀਆਂ ਦੇ ਮਗਰ ਲੱਗ ਸਕਦਾ ਵੀ ਉਹ ਮੋਬ ਡਾਂਸ ਹੀ ਕਰਨਾ ਸ਼ੁਰੂ ਕਰਦੇ ਹੋਏ ਅ ਇੱਕ ਕੱਲਾ ਡਾਂਸ ਨਹੀਂ ਕੀਤਾ ਮੋਬ ਡਾਂਸ ਕੀਤਾ ਮੋਬ ਡਾਂਸ ਕੀਤਾ ਮਤਲਬ ਡਾਂਸ ਤਾਂ ਹੀ ਕਿ ਹੋਗਾ ਨਾ ਹੁਣ ਇੱਕ ਥਾਂ ਦੇ ਉੱਤੇ ਖੜ ਕੇ ਚਲੋ ਤੁਸੀਂ ਡਾਂਸ ਕਰ ਲਿਆ ਜਾਂ ਵੀਡੀਓ ਕੋ ਰਿਕਾਰਡ ਕਰ ਲਈ ਚਲੋ ਡਾਂਸ ਦੀ ਸੋਸ਼ਲ ਮੀਡੀਆ ਤੇ ਪਾਤੀ ਵੀ ਅਸੀਂ ਪਤਾ ਲੱਗ ਜਾਂਦਾ ਵੀ ਅੱਛਾ ਫਲਾਣੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਜਾਂ ਕਹਿ ਕੇ ਕਿਸੇ ਨੇ ਕਰਵਾ ਲਿਆ ਹੋਊਗਾ ਮਤਲਬ ਤੁਹਾਨੂੰ ਲੱਗਦਾ ਕੋਈ ਇੰਨਾ ਵੀ ਹੋਊਗਾ ਜਿਹੜਾ ਆਪ ਮੁਹਾਰੇ ਹੀ ਉੱਠ ਕੇ ਤੇ ਗਲੀਆਂ-ਗਲੀਆਂ ਦੇ ਵਿੱਚ ਜਾ ਕੇ ਕੋਈ ਗਰੁੱਪ ਤੇ ਨੱਚੀ ਜਾਵੇ ਓਹੋ ਕੀ ਬਾਤ ਹੈ ਬੜੀ ਕੋਈ ਪਬਲਿਕ ਚ ਮਤਲਬ ਭੀੜ ਦੇ ਵਿੱਚ ਜਾ ਕੇ ਨੱਚਣਾ ਸ਼ੁਰੂ ਕਰ ਦਵੇ ਅੱਛਾ ਅਪ ਮੈਂ ਸਮਝਿਆ ਨਹੀਂ ਗਾਣਾ ਮਤਲਬ ਆਪਣੇ ਨਾਂ ਦਾ ਗਾਣਾ ਇਹਦੇ ਲਾ ਕੇ ਮਤਲਬ ਆਪਣਾ ਗਾਣੇ 'ਚ ਆਪਣਾ ਨਾਂ ਲੈ ਕੇ ਨੱਚ ਰਹੇ ਆ ਹਾਂ ਔਰ ਉਹ ਜਿਹੜੇ ਨੱਚਣ ਵਾਲੇ ਕੋਣ ਸੀ ਡਾਂਸਰ ਬੁਲਾਏ ਸੀ ਕਿ ਕਿਆ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਦੇਖੋ ਡਾਂਸਰ ਬੁਲਾਏ ਸੀ ਕਿ ਦਿਹਾੜੀ ਤੇ ਬੁਲਾਏ ਸੀ ਕਿ ਕਿਵੇਂ ਬੁਲਾਏ ਸੀ ਉਹਦੇ ਕਰ ਰਹੇ ਮੇਰਾ ਐਮਐਲਏ ਨਾਗਰਾ ਮੇਰਾ ਐਮਐਲਏ ਐਮਐਲਏ ਨਹੀਂ ਮੈਂ ਮੈਨੂੰ ਹਸਾਬ ਨਹੀਂ ਆਇਆ ਕਿਆ ਮਤਲਬ ਅੱਛਾ ਐਕਦਾ ਪ੍ਰੋਮੋਸ਼ਨ ਕਰ ਰਿਹਾ ਐਦਾਂ ਪ੍ਰਚਾਰ ਕਰ ਰਿਹਾ ਕਿਆ ਪਤਿਗੜ ਸਾਹਿਬ ਦੇ ਵਿੱਚ ਕਿਉਂਕਿ ਕੁਲਜੀਤ ਨਾਗਰਾ ਹੋਰੀ ਜਿਹੜੇ ਨੇ ਉਹ ਕਾਂਗਰਸ ਤੋਂ ਖੜੇ ਨੇ ਤੇ ਹੁਣ ਇਹ ਕਹਿ ਰਹੇ ਨੇ ਮੇਰਾ ਐਮਐਲਏ ਨਾਗਰਾ ਅੱਛਾ ਠੀਕ ਹੈ ਇੱਕ ਤਾਂ ਪਤਾ ਲੱਗ ਜਾਂਦਾ ਜੇ ਵਾਇਰਲ ਵੀ ਹੁੰਦੀ ਹੋਵੇ ਤਾਂ ਫਤਿਹਗੜ੍ਹ ਸਾਹਿਬ ਦੀ ਵੀਡੀਓ ਹੈ ਤੇ ਐਮਐਲਏ ਨਾਗਰਾ ਕੁਲਜੀਤ ਨਾਗਰਾ ਜਿਹਨੂੰ ਸੰਬੋਧਨ ਕੀਤਾ ਜਾ ਰਿਹਾ ਇਹਦੇ ਵਿੱਚ ਅੱਛਾ ਵੀ ਮੇਰਾ ਐਮਐਲਏ ਨਾਗਰਾ ਤੇ ਪਤਾ ਨਹੀਂ ਹੁਣ ਤਾਂ ਦਿਹਾੜੀ ਤੇ ਬੁਲਾਏ ਨੇ ਪਤਾ ਨਹੀਂ ਹੁਣ ਤਾਂ ਕੋਈ ਆਪ ਮੁਹਾਰੇ ਚੱਲ ਪਿਆ ਦੇਖੋ ਅਨੂ ਜੀ ਹੁਣ ਤੁਸੀਂ ਉਂਗਲੀ ਨਹੀਂ ਚੱਕ ਸਕਦੇ ਉਹਨਾਂ ਨੇ ਰੋਜ਼ਗਾਰ ਤਾਂ ਜ਼ਰੂਰ ਦਿੱਤਾ ਹੈ ਉਹਨਾਂ ਨੇ ਹੁਣ ਹੁਣ ਦੇਖ ਲੁੱਡੀਆਂ ਪਾ ਰਹੇ ਦਲ ਤਾਂ ਆ ਕੇ ਹੋਇਆ ਯੂਥ ਨੂੰ ਜੋ ਰੋਜ਼ਗਾਰ ਮਿਲਿਆ ਤੁਸੀਂ ਮਰੇ ਹਿਸਾਬ ਲਾ ਕੇ ਦੇਖੋ 117 ਸੀਟਾਂ ਨੇ ਹੈਨਾ ਵੀ ਵੀ ਹੁਣ ਕਿੰਨੇ ਕਿੰਨੇ ਨੱਚ ਰਹੇ ਸੀਗੇ ਉੱਤੇ ਕਿੰਨੇ ਜਾਣੇ ਸੀਗੇ ਹੋਣੇ ਮਤਲਬ ਪੰਜ ਪੰਜ ਕਿਛ ਜਣੇ ਹੋਣੇ ਪੰਜ ਪੰਜ ਸੌ ਤੇ ਤਾਂ ਆਏ ਹੋਣੇ ਉਹ ਦੇਖੋ ਕੱਟ ਨਾ ਲਾਓ ਹੁਣ ਮਤਲਬ ਲੀਡਰ ਲੈਣ ਤਾਂ ਮਤਲਬ ਤਾਂ ਮਾਰੇ ਮੇਰੇ ਤੋਂ ਪੋਲੇ ਲੁੱਡੀਆਂ ਤੁਸੀਂ ਮੈਨੂੰ ਦੇ ਦਿਓ 500 5-10 ਮਿੰਟ ਮੈਂ ਲੁੱਡੀ ਪਾ ਦਿੰਦਾ। ਨਾਗਰਾ ਐਮਐਮਏ ਮੈਂ ਕੁਝ ਹੋਰ ਬੋਲ ਦਿੰਦਾ ਫਿਰ। ਦੱਸ ਮੈਂ ਵੀ ਨੱਚ ਲੈਣਾ। ਮੇਰਾ ਐਮਐਲਏ ਅਨੂ ਕੋੜੋ ਮੇਰਾ ਐਮਐਲਏ ਐਦਾਂ ਕਰ ਲੈਨੇ ਆਪਾਂ। ਲਿਓ 500 ਰੁਪਈਆ। ਇਹ ਤਾਂ ਉਹੀ ਗੱਲ ਹੋਈ ਮੈਂ ਵੀ ਨੱਚਾ ਮੇਰੇ ਕੋ ਦੇ। ਇਹ ਤਾਂ ਉਹੀ ਗੱਲ ਹੋਈ। ਮੈਂ ਤਾਂ ਖੜੀ ਨਹੀਂ ਕਿ ਤੋਂ। ਅੱਛਾ ਤੂੰ ਤਾਂ ਬੈਠੇ ਹੋ ਨਾ। ਚਲੋ ਠੀਕ ਐ। ਮੈਡਮ ਤਾਂ ਬੈਠਿਆ। ਅੱਛਾ ਹਾਂ ਕੀ ਕਹਿ ਰਹੇ ਸੀਗੇ ਤੁਸੀਂ? अच्छा कैलकुलेशन दे ਤੁਸੀਂ ਗੱਲ ਕਰ ਰਹੇ ਹੋ ਚਲੋ ਆਪਾਂ ਲਾ ਕੇ ਵੀ ਦੇਖੀਏ ਜੀ 117 ਤੁਸੀਂ ਕਿਹਾ ਵੀ ਸੀਟਾਂ ਦੇ ਉੱਤੇ ਮੈਂ ਦੱਸ ਦਿੰਨੀ ਚਲੋ ਤੁਸੀਂ ਪੁੱਛ ਰਹੇ ਸੀ ਕਿੰਨੇ ਆ ਤੇ 117 ਸੀਟਾਂ ਦੇ ਉੱਤੇ ਹੋ મતલਬ ਖੜੇ ਨੇ ਉਮੀਦਵਾਰ ਜਿਹੜੇ ਨੇ 117 ਸੀਟਾਂ ਤੇ ਚੋਣ ਹੋਣੀ ਆ ਤੇ 117 ਸੀਟਾਂ ਦੇ ਉੱਤੇ ਜੇ ਅਸੀਂ ਇਹ ਵੀ ਲਾ ਲਈਏ ਵੀ ਪੰਜ ਉਮੀਦਵਾਰ ਘਟ ਘਟ ਲਾ ਲੈਨੇ ਆਪਾਂ ਜਿਵੇਂ ਬੰਡਿਆ-ਬੰਡਿਆ ਦੇ ਲਾ ਲਓ ਐਸਐਸਐਮ ਦਾ ਇੱਕ ਲਾ ਲਓ ਕਾਂਗਰਸ ਦਾ ਇੱਕ ਲਾ ਲਓ ਇੱਕ ਆਪ ਦਾ ਲਾ ਲਓ ਇੱਕ ਕਾਲੀ ਦਾ ਦਾ ਲਾ ਲਓ ਇੱਕ ਬੀਜੇਪੀ ਦਾ ਲਾ ਲਓ ਬਾਕੀ ਹਲ ਮਣਮੁਟ ਛੱਡ ਦਿੰਨੇ ਆ ਚਲੋ ਜੇ ਪੰਜ ਉਮੀਦਵਾਰ ਵੀ ਹੋਣਗੇ ਇੱਕ ਸੀਟ ਜੇ કુલ ਮਲਾਕੇ ਮਤਲਬ ਲਾਈਏ 117 ਸੀਟਾਂ ਦੇ ਕਿੰਨੇ ਬਣੇ 585 ਲਓ ਜੀ 585 ਉਮੀਦਵਾਰ ਖੜੇ ਨੇ 117 ਸੀਟਾਂ ਦੇ ਹਾਂਜੀ ਹਾਂਜੀ ਹੁਣ ਜੇ ਉਹ 585 ਉਮੀਦਵਾਰ ਹੁਣ ਵੀਡੀਓ ਦੇ ਵਿੱਚ ਜਿੰਨੇ ਕੁ ਨਜ਼ਰ ਆ ਰਹੇ ਸੀਗੇ ਉਹ ਹੋਣੇ ਮੇਰੇ ਖਿਆਲ ਨਾਲ 7-8 7-8 ਹੋਣੇ ਆਪਾਂ ਚਲੋ 7 ਕਲਾ ਲੈਂਦੇ ਆ ਜੇ 7 ਜਣਿਆਂ ਨੂੰ ਵੀ ਇਹ ਇਸ ਤਰੀਕੇ ਦੇ ਨਾਲ ਰੋਜ਼ਗਾਰ ਦੇ ਦਿੰਦੇ ਨੇ ਤੇ ਕਟੋ ਘਟ ਨਹੀਂ ਤਾਂ ਇਹ 4100 ਬੰਦਿਆਂ ਨੂੰ ਰੋਜ਼ਗਾਰ ਦਿੰਦੇ ਨੇ ਤੇ ਆਹ ਕੀ ਬਾਤ ਹੈ 4 495 ਬਣਦੇ ਨੇ ਵੈਸੇ 5 ਕਿ ਚਲੋ ਘੱਟ ਲਾ ਲੇ ਆਪਾਂ 4100 ਵੈਸੇ ਬੰਦਿਆਂ ਨੂੰ ਇਹ ਰੋਜ਼ਗਾਰ ਰੋਜ਼ਗਾਰ ਦੇ ਸਕਦੇ ਪਰ ਉਹੀ ਹੈ ਨਾ ਵੀ ਉਹੀ 4 ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਉਹੀ 4 ਦਿਨ ਦਾ ਰੋਜ਼ਗਾਰ ਇਹਨਾਂ ਨੇ ਉਹੀ 500 ਰੁਪਏ ਕਿੰਨੇ ਕਸਾਲ ਚਲਾਉਣਾ ਉਹਨਾਂ ਨੇ ਯਾਰ ਇਹ ਵੀ ਸੋਚਣਾ ਚਾਹੀਦਾ ਪਰ ਫਿਰ ਵੀ ਠੀਕ ਹੈ ਵੀ ਚਾਓ ਟੋਫੀ ਆਪਣਾ ਇੰਜੋਏ ਲਾ ਲਓ ਫ੍ਰੀ ਲਾਂਸ ਲਾ ਲਓ ਚਲੋ ਥੋੜਾ ਬਹੁਤ ਕੰਮ ਕੀਤਾ ਫਿਰ ਉਦੋਂ ਬਾਅਦ ਕੀ ਕਰਨਗੇ ਅਨੂ ਜੀ ਤੁਸੀਂ ਸੋਚੋ ਮੜਾ ਜਾਓਗੇ ਉਦੋਂ ਬਾਅਦ ਉਹ ਉਹ ਤਾਂ ਕਿਤੇ ਨਾ ਕਿਤੇ ਸੈੱਟ ਕਰੋਗੇ ਨਾ ਕਿੱਥੇ ਸੈੱਟ ਕਰਨਗੇ ਉਹ ਉਹੀ 500 ਰੁਪਏ ਲੈ ਕੇ ਕਿਤੇ ਹੋਰ ਹੀ ਸੈਟ ਹੋ ਕੇ ਗਰੇ ਹੋਣਾ ਉਹਨਾਂ ਸਾਰਿਆਂ ਜਿਹੜੀ ਲੁੱਡੀਆਂ ਪਾ ਰਿਆ ਜਿੱਥੇ ਆਪਣੇ ਉਹਨੂੰ ਸੈੱਟ ਕਰੇ ਜਾਂਦੇ ਨੇ ਉੱਥੇ ਇਹਨਾਂ ਨੂੰ ਵੀ ਮਾੜਾ ਮੋਟਾ ਕਰ ਦੇਣਗੇ ਇਹ ਤਾਂ ਹੈ ਕੀ ਜਾਂਦਾ ਹੈ ਪਰ ਤੁਸੀਂ ਇਹ ਸੋਚੋ ਵੀ ਹੁਣ ਜਿੱਦਾਂ ਇਹ ਆਪਣਾ ਨਾਗਰਾ ਸਾਡਾ ਮੇਰਾ ਐਮਐਲਏ ਐਮਐਲਏ ਇਹ ਜੇ ਕੋਈ ਹੋਰ ਮਤਲਬ ਕੋਈ ਹੋਰ ਜਿੱਦਾਂ ਹੋਣਾ ਅਸੀਂ ਮੈਂ ਮੈਂ ਤੁਹਾਨੂੰ ਦੱਸ ਦਿਆਂ ਹਾਂ ਹਾਂ ਜੀ ਮੈਂ ਪੁੱਛੂੰਗੀ ਤੁਸੀਂ ਦੱਸੋ ਅੱਛਾ ਆ ਗਈ ਸੀ ਮੈਂ ਤਿਆਰ ਹੋ ਰਹੀ ਸੀ ਵਾਰਮ ਅਪ ਹੋ ਰਹੀ ਸੀ ਅਮੀ ਤਾਂ ਬੱਚ ਉਹ ਵੀ ਮਤਲਬ ਮੈਂ ਚਾਹਣਾ ਵੀ ਉਹ ਵੀ ਵੀ ਖੜੇ ਹੋਣ ਵੀ ਐਦਾਂ ਪੋਲਿਟਿਕ ਉਹਨਾਂ ਦਾ ਵੀ ਗਾਣਾ ਹੈ ਰੰਗ ਬਰਸੇ ਬਾਰਾ ਸ਼ੇਬੀ ਗੇ ਸੁਨਾਰ ਹੱਤੇ ਵੋਟ ਮੈਨੂੰ ਦੇਣਾ ਕਿਥੇ ਗਿਆ ਰੰਗ ਬਰਸੇ ਕੀ ਆ ਰੰਗ ਬਰਸੇ ਇਹਨੂੰ ਪੁੱਛੇ ਕਰਕੇ ਵੋਟ ਮੈਨੂੰ ਦਿਓ ਸੁਨਰ ਵਾਲੇ ਰੰਗ ਬਰਸੇ ਨੂੰ ਪੁੱਛੇ ਕਰਕੇ ਵੋਟ ਮੈਨੂੰ ਦਿਓ ਹਾਂ ਠੀਕ ਹੈ ਹਾਂ ਗਾਣਾ ਮੇਰੇ ਤੋਂ ਲਿਖਵਾਓ ਤੁਸੀਂ ਠੀਕ ਹੈ ਅੱਛਾ ਜੇ ਤੁਸੀਂ ਸਿੱਧੂ ਸਾਹਿਬ ਨੂੰ ਦੇਣਾ ਹੋ ਫਿਰ ਸਿੱਧੂ ਸਾਹਿਬ ਕਿਹੜਾ ਕਣ ਕਉਣਗੇ ਨਾਮ ਹੈ ਸਿੱਧੂ ਮੇਰਾ ਹੈ ਸਿੱਧੂ ਐਮਐਲਏ ਸਿੱਧੂ ਅੱਛਾ ਇਹ ਬੰਦੀ ਮਤਲਬ ਨਵਜੋਤ ਸਿੱਧੂ ਤੇ ਲਾਲੋਪਾ ਮੈਂ ਉਹ ਦਰਵਾਜ਼ਾ ਮੂਸੇ ਵਾਲੇ ਸਾਹਿਬ ਤੇ ਲਾਲੋ ਹਾਂ ਚਲੋ ਅਛਾ ਰਾਜਵੜੀ ਰਾਜਵੜੀ ਔਰ ਰਾਜਾ 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 ਟਟਕ ਧਿੰ ਤਨਕ ਟਕ 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 ਧਨ ਔਰ ਰਾਜਾ 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 ਕੋਰੇ ਜਮ ਸਮਝੋ ਉਠਲ ਤੋਨੀ ਕੋਰਾ ਮਿਲਾਈ ਤੁਮੇ ਮਾਜਾ ਆਈ ਗਣ ਲੱਭੇ ਸੀ ਨਾਸਤੇ ਟਰਾਂਸਪੋਰਟ ਮੰਤਰੀ ਅਗਲਾ ਕਾਰਵੇ ਬਦ ਕੇ ਨਹੀਂ ਛੇਤੀ ਛੇਤੀ ਕਰਦੇ ਆ ਸੌਰੀ ਗੁੱਸਾ ਨਾ ਕਰਿਓ ਮਜ਼ਾਕ ਨਾਮ ਦੀ ਵੀ ਚੀਜ਼ ਹੁੰਦੀ ਆ ਕੋਈ ਮਜ਼ਾਕ ਕੀਤਾ ਸੀ ਗੁੱਸਾ ਨਾ ਕਰਿਓ ਪਲੀਜ਼ ਕਹਿ ਦੋ ਬਸ ਤੇ ਇਹੀ ਕਹਿ ਦੋ ਦਿਲ ਵਿੱਚ ਸਮਾ ਜਾ ਆ ਸੱਚਾ ਪਾ ਤਾਂ ਇਹੀ ਕਿਹਾ ਸੀ ਕਾਹਦਾ ਗੁੱਸਾ ਕਰਿਓ ਭਾਜੀ ਉਹੀ ਹੱਥ ਜੜਵਾਈ ਜਾਂਨੇ ਕੋਈ ਗਿਆ ਤੇ ਦਿਲ ਵਿੱਚ ਸਮਾਣ ਨੂੰ ਹੀ ਕਿਹਾ ਤੁਹਾਨੂੰ ਸਾਡੇ ਦਿਲ ਚ ਰਹੋ ਜਨਾਬ ਸਾਡੇ ਦਿਲ ਚ ਰਹੋ ਅੱਛਾ ਇਸ ਤੋਂ ਲਾਵਾ ਚੇਨੀ ਸਾ ਚੰਨੀ ਵੇ ਘਰ ਆ ਜਾਵ ਚੰਨੀ ਵੇ ਘਰ ਆ ਜਾ ਤੇਰੀਆਂ ਉਹ ਕਾਬਜ ਮੁਕਤ ਨੇ ਚੰਨੀ ਬਸ 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 ਜਿਆਦਾ ਨਹੀਂ ਗਾਣਾ ਗੱਲਬਾਤ ਵਧੀਆ ਸੀ ਵਧੀਆ ਸੀ ਅੱਛਾ ਕੈਪਟਨ ਸਾਹਿਬ ਹਾਂ ਨਹੀਂ ਮੈਂ ਕੈਪਟਨ ਟਕ ਟਕ ਕੈਪਟਨ ਟਕ 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 ਕੈਪਟਨ ਬੰਗੜਾ ਦਾ ਸੋਣੀਏ ਵਣਗਦਿਆ ਦੀ ਰਾਣੀ ਤੁਸੀਂ ਕਿਸ ਗਾਣੇ ਤੇ ਚੰਨੀ ਸਾਹਿਬ ਨੇ ਡਾਂਸ ਕੀਤਾ ਸੀ ਚਲੋ ਤਾਂ ਜਿਹਦਾ ਬਣਦਾ ਹੈ ਉਹ ਤਾਂ ਫਿਰ ਬਣਾਉਣਾ ਹੀ ਪੈਣਾ ਉਹ ਕਹਿੰਦੇ ਸੀ ਕਿ ਮੈਂ ਭੰਗੜੇ ਦਾ ਕੈਪਟਨ ਐ ਚੰਨੀ ਸਾਹਿਬ ਕਹਿੰਦੇ ਸੀ ਉਹ ਮਾਰਾ ਜਦੋਂ ਕੋਈ ਕੈਪਟਨ ਸਾਬ ਵਾਲੀ ਸੀਟ ਤੇ ਬੈਠਾ ਹੋ ਆਪਣੇ ਆਪ ਨੂੰ ਕੈਪਟਨ ਤਾਂ ਸਮਝੇ ਗਈ ਉਹ ਰਹੇ ਗੱਲ ਭੰਗੜੇ ਦੀ ਭਾਵੇਂ ਹੋਵੇ ਆਪਣਾ ਸਿਆਸਤ ਦੇ ਕੈਪਟਨ ਕੈਪਟਨ ਤਾਂ ਉਦਾ ਅਮਰੀਕ ਕੈਪਟਨ ਅਮਰੀਕਾ ਵੀ ਹੈ ਰੋਜਰ ਸਟੀਫ ਰੋਜਰ ਕੈਪਟਨ ਸैम ਵੀ ਹੈ ਕੈਪਟਨ ਸैम ਵੀ ਹੈ ਹੁਣ ਮਤਲਬ ਇਹ ਥੋੜੀ ਉਹ ਮੁੱਖ ਮੰਤਰੀ ਬਣਾ ਲਈ ਅਸੀਂ ਉਹਨਾਂ ਨੂੰ ਪੰਜਾਬ ਦਾ ਸੁਖਵੀਰ ਬਾਦਲ ਸਾਹਿਬ ਉਹਨਾਂ ਦਾ ਤਾਂ ਖੈਰ ਗਾਣਾ ਉਹਨਾਂ ਨੇ ਆਪੇ ਹੀ ਰਿਲੀਜ਼ ਕਰ ਛੱਡਿਆ ਜੀ ਤੁਸੀਂ ਤਾਂ ਸੁਣਿਆ ਹੀ ਹੋਣਾ ਪੱਟੀ ਬਾਉ ਮਾਜਰਾ ਜੀ ਬੜੇ ਪਿਆਰ ਨਾਲ ਗਾਉਂਦੇ ਆ ਸਾਡੇ ਪੱਟੀ ਬਾਉ ਮਾਜਰਾ ਦੀ ਪੇਸ਼ਕਸ਼ ਚ ਆ ਰਬੋਟ ਗਾਣੇ ਦੇ ਨਾਮ ਸੀ ਬੀਰ ਤੁਕ ਬੀਰ ਆ ਰਬੋਟ ਤੁਕ ਬੀਰ ਮਨ ਮੈਸ ਮੈਸ ਉਹਦਾ ਸੀ ਉਹਨਾਂ ਨੂੰ ਨਾ ਅਮਿਤ ਬੱਚਨ ਤੋਂ ਗਾਉਣਾ ਚਾਹੀਦਾ ਸੀ ਤੁਸੀਂ ਮੈਨੂੰ ਤੁਹਾਨੂੰ ਅਮਿਤ ਬੱਚਨ ਨਾਲ ਨਾ ਪਿਆਰ ਕਿਉਂ ਮੈਂ ਫੈਨ ਹਾਂ ਉਹਨਾਂ ਦਾ ਮੈਂ ਬਹੁਤ ਬੜਾ ਫੈਨ ਸੀ ਹੁਣ ਨਹੀਂ ਕਿਉਂ ਹੁਣ ਮੈਂ ਚੰਨੀ ਸਾਹਿਬ ਦਾ ਫੈਨ ਹੋ ਗਿਆ ਹੂੰ ਕਿਉਂ ਕਿਉਂਕਿ ਚਨੀ ਸਾਹਿਬ ਸਭ ਕੁਝ ਕਰ ਲੈਣੇ ਆ ਅੱਛਾ ਉਹ ਮੀਤਾਬ ਬੱਚੇ ਜਿਹੜਾ ਉਹ ਤਾਂ ਫਿਲਮਾਂ 'ਚ ਹੀ ਕਰ ਸਕਦੇ ਨਾ ਅਸਲ 'ਚ ਨਹੀਂ ਨਾ ਕਰ ਸਕਦੇ ਮੀਤਾਬ ਬੱਚਨ ਸਾਹਿਬ ਓਹੋ ਹੋ ਇਸ ਕਰਕੇ ਦੁੱਸ ਚਨੀ ਸਾਹਿਬ ਦੇ ਫੈਨ ਹੂੰ ਤੇ ਭਗਵੰਤਮਨ ਸਾਹਿਬ ਕਿੱਧਰ ਜਾਣਗੇ ਫਿਰ ਉਹ ਤਾਂ ਕਹਿੰਦੇ ਮੈਂ ਆਮ ਆਦਮੀ ਐ ਨਾ ਉਹ ਕੇਜਗਰ ਸਾਹਿਬ ਵੀ ਕਹਿੰਦੇ ਮੈਂ ਆਮ ਆਦਮੀ ਐ ਅੱਛਾ ਉਹ ਤੂੰ ਚਾਹਨੇ ਉਹਦਾ ਵੀ ਗਾਣਾ ਬਣਾਈਆ ਮਾਨ ਸਾਹਿਬ ਦਾ ਵੀ ਮਾਨ ਪੰਜਾਬੀ ਐ ਹੋਏ ਮੇਰੀ ਸ਼ਾਨ ਪੰਜਾਬੀ ਐ ਨਹੀਂ ਆ ਇਕੱਠਾ ਕੀ ਕਿਤੇ ਸੀ ਇਹ ਸੂਰ ਇਕੱਠੇ ਕਰਕੇ ਆਇਆ ਲਿਆਂਦਾ ਮੈਂ ਐ ਲਿਆ ਕੇ ਆਪਣੇ ਐ ਕਰਕੇ ਮਾਰਦਾ ਉਹ ਫਿਰ ਸੂਰ ਕਰਕੇ ਬਾਹਰ ਨਿਕਲਦੇ ਐ ਸਾਹਮਣੇ ਤੋਰੀ ਕਰਕੇ ਮਾਰਨ ਕਰਕੇ ਬਾਹਰ ਬਸ ਸਮਝ ਰਹੇ ਹੋ ਨਾ ਸਮਝ ਗਈ ਮੈਂ ਸਮਝ ਗਈ ਮਾਨ ਪੰਜਾਬੀ ਅਨੂ ਸਾਡੀ ਸ਼ਾਨ ਪੰਜਾਬੀ ਭਗਵੰਤਪਨ ਸਾਹਿਬ ਦਾ ਬੜਾ ਤੁਸੀਂ ਵਧੀਆ ਗਾਇਆ ਮਤਲਬ ਬਾਕੀਆਂ ਦੇ ਇੰਨੇ ਉਹ ਸੀਗੇ ਮਤਲਬ ਤੁਸੀਂ ਚਲੋ ਕੁਝ ਵੀ ਲਾ ਲਓ ਫਿਰ ਵੀ ਇਹਨਾਂ ਦਾ ਤੁਸੀਂ ਇੰਨਾ ਵਧੀਆ ਕਦੋਂ ਗਾਇਆ ਮਾਨ ਪੰਜਾਬੀ ਹੈ ਸ਼ਾਨ ਪੰਜਾਬੀ ਹੈ ਤਉ ਪੰਜਾਬੀ ਹੋਈ ਆ ਭਗਵੰਤ ਮਾਨ ਕਿਹੜਾ ਵੀ ਬਿਹਾਰੀਆਂ ਦਾ ਨਾਮ ਹੁੰਦਾ ਕਿਸੇ ਦਾ ਕੋਈ ਸੁਣਿਆ ਕੋਈ ਬਿਹਾਰੀ ਆ ਵਾ ਆ ਨਮਸਕਾਰ ਮੈਡਮ ਜੀ ਹਮਾਰਾ ਨਾਮ ਭਗਵੰਤ ਮਾਨ ਬਸ 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 ਅੱਛਾ ਵੈਸੇ ਇਹ ਜਿਹੜੀ ਵੀਡੀਓ ਸੀਗੀ ਨਾ ਮਤਲਬ ਜਿਹੜੀ ਵਾਇਰਲ ਹੋਈ ਹਾਂਜੀ ਹਾਂਜੀ ਜਿਹਦੇ ਚ ਡਾਂਸ ਡਾਂਸ ਕਰ ਰਹੇ ਸੀਗੇ ਇਹਦੇ ਚ ਇਨੀ ਵੀ ਕੱਲਾ ਮਤਲਬ ਉਦਹੀਂ ਉਹ ਐ ਕਰਕੇ ਨਾ ਸਟੈਪ ਜੇ ਕਰੀ ਜਾਂਦੇ ਆ ਤੇ ਨਾਲ ਤਿਤਲੀਆਂ ਵੀ ਬਣੇ ਹੋਏ ਆ ਇੱਕ ਮੁੰਡਾ ਤਿਤਲੀ ਬਣਿਆ ਤੇ ਲਾਈਟਾਂ ਜਿ ਲਾਈ ਹੋਏ ਚਮਕ ਚਮਕ ਜਗ ਕਰਦੇ ਆ ਹਾਏ 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 ਦੇਖਾਂ ਜਿ ਬੱਜਣਾ ਕੇ ਉਹ ਸਾਡੇ ਪੰਜਾਬ 'ਚ ਬਿਜਲੀ ਨਹੀਂ ਹੈਗੀ ਕਰੜੀ ਦਾ ਹੁਣ ਮੈਸੇਜ ਆਇਆ ਕਹਿੰਦੀ ਹੁਣ ਆਈ ਆ ਬਿਜਲੀ ਜਾ ਕੇ ਉਹ ਸਵੇਰ ਦੀ ਲਾਈਟ ਹੈ ਨਹੀਂ ਤੂੰ ਇਹ ਦਾ ਸਮਝ ਨਾ ਕੇ ਵੀ ਨਹੀਂ ਆਇਆ ਅੱਜ ਬਿਜਲੀ ਹੈ ਨਹੀਂ ਉਹ ਇੱਕ ਗੀਜ਼ਰ ਵੀ ਤਾਂ ਔਨ ਕਰਨਾ ਸੀਗਾ ਨਾ ਐਦੀਆਂ ਆ ਗਏ ਮੈਂ ਠੰਡੇ ਨਾਲ ਨਹੀਂ ਲਿਆ ਜਾਂਦਾ ਉਹ ਮਾਰੇ ਠੰਡਾ ਪਾਣੀ ਸਰਦੀ ਪਤਾ ਕਿੰਨੀ ਹੋਈ ਉਹ ਟੈਂਕੀ ਦਾ ਐਂ ਲੱਗਦਾ ਜਿੱਦਾਂ ਅੰਦਰ ਰੈਫਰਿਜਰੇਟਰ ਲਾਇਆ ਹੋਵੇ ਉਹਦੇ ਵਿੱਚ ਐਨਾ ਠੰਡਾ ਪਾਣੀ ਆਂਦਾ ਨਾ ਮਾਰੇ ਐਂ ਲੱਗਦਾ ਜਿੱਦਾਂ ਪਤਲੀ ਨਹਿਰ ਦੇ ਵਿੱਚ ਹੀ ਹੱਥ ਪਾਇਆ ਹੋਵੇ ਮੋਰਾ ਜੰਮਿਆ ਵਾ ਕੱਕੜਾ ਹੱਥ ਨਿਕਲੇ ਬਾਹਰ ਮੇਰਾ ਪਰ ਇਸ ਵੀਡੀਓ ਦਾ ਮਤਲਬ ਲੋਕਾਂ ਨੇ ਵਿਰੋਧ ਵੀ ਬਾਲਾ ਕੀਤਾ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਹੁਣ ਤੁਸੀਂ ਲੋਕਾਂ ਦੀਆਂ ਮਤਲਬ ਜਵਾਕ ਜਿਹੜੇ ਨਚਾ ਰਹੇ ਹੋ ਤੁਸੀਂ ਇੱਥੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਆਹ ਕਿਹੜਾ ਨਵਾਂ ਤੁਸੀਂ ਤਰੀਕਾ ਲੱਭ ਲਿਆ ਕੰਮ ਕਰਨ ਦਾ ਇਹ ਤੋਂ ਬਾਅਦ ਤਾਂ ਫਿਰ ਹੁਣ ਦੂਸਰੇ ਜਿਹੜੇ ਨੇ ਉਹ ਪਤਾ ਨਹੀਂ ਕਿਹੜਾ ਢੰਗ ਤੇ ਕਾਪਣਾ ਲੈਣਗੇ ਹੁਣ ਉਹ ਯੂਪੀ ਵਾਲਿਆਂ ਨਾਲੇ ਤਾਂ ਮਤਲਬ ਫਿਰ ਵੀ ਮੈਨੂੰ ਕਿਤੇ ਲੱਗਦਾ ਹੁੰਦਾ ਯੂਪੀ ਵਾਲਿਆਂ ਨਾਲੇ ਤਾਂ ਵਧੀਆ ਨਾ ਹੁੰਦੇ ਆਹ ਸੱਚ ਉਹ ਯੂਪੀ ਵਾਲੀ ਦੀ ਗੱਲ ਸੁਣੋ ਹੈ ਉਹਨਾਂ ਨੇ ਕਿਹਾ ਪਤਾ ਨਹੀਂ ਕਿਹੜੀ ਪਾਰਟੀ ਭਾਜਪਾ ਮੰਨ ਨਹੀਂ ਪਤਾ ਕਿਹੜੀ ਸੀ ਉਹ ਬੰਦਾ ਨਾ ਆ ਰਿਹਾ ਵਿਚਾਰਾ ਸਾਬਣ ਲੱਗਿਆ ਹੋਇਆ ਉਹਦੇ ਕੋਲ ਜਾ ਕੇ ਪਹੁੰਚ ਗਿਆ ਕਹ ਉਹ ਬੰਦਾ ਕਹਿੰਦਾ ਮੈਂ ਮਾਂਜਤਾ ਲਵਾਂ ਪਹਿਲਾਂ ਆਪਣੇ ਆਪ ਨੂੰ ਬੰਦੇ ਸਾਬਣ ਲੱਗੇ ਪੂਰੀ ਝੱਕ ਬਣੀ ਉਹ ਕਹਿੰਦੇ ਤੂੰ ਨਾ ਮਾਂਜ ਆਪਣੇ ਆਪ ਨੂੰ ਅਸੀਂ ਮਾਂਜਾਂਗੇ 500 ਰੁਪਏ ਆਹ ਕੀਤੀ ਨਾ ਗੱਲ ਅਸੀਂ ਮਾਂਜਾਂਗੇ ਪੰ ਪੂਰੇ ਪੰਪਲ ਮਾਂਜੇ ਹੀ ਇਹਨਾਂ ਨੇ ਹੋਰ ਮਾਂਜ ਦੇਣਗੇ ਕਿੱਡੀ ਕੁ ਗੱਲ ਐ ਅਰਣ ਜੀ ਮੈਂ ਸੋਚ ਰਿਹਾ ਇੱਕ ਕੰਮ ਕਰਦੇ ਹਾਂ ਹਾਂਜੀ ਪਾਰਟੀ ਬਣਾਉਣੀ ਹੈ ਆਪਣੀ ਐਦਾਂ ਕੀ ਲੱਗਿਆ ਤੁਹਾਨੂੰ ਨਹੀਂ ਮਤਲਬ ਮੈਂ ਸੋਚਿਆ ਪਾਰਟੀ ਬਣਾਵਾਂਗੇ ਹਾਂਜੀ ਤੇ ਬਿਆਨ ਦੇਵਾਂਗੇ ਅਸੀਂ ਵੀ ਅੱਛਾ ਸਾਡੀ ਪਾਰਟੀ ਜਿੱਤਰੀ ਹੈ ਜੀ ਸਾਡੀ ਪਾਰਟੀ ਆ ਗਈ ਲੋ ਬਸ ਗੱਲ ਕਿਹੜੀ ਆ ਦੋ ਚਾਰ ਵਾਦੇ ਕਰ ਦਾਂਗੇ ਕਰ ਦਾਂਗੇ ਫਿਰ ਵਾ ਇਹ ਕਹਿ ਦਾਂਗੇ ਦਾਵਾ ਕਰ ਦਾਂਗੇ ਵੀ ਸਾਡੀ ਪਾਰਟੀ ਹਾਂਜੀ 80 85 ਸੀਟਾਂ ਲੈ ਕੇ ਜਾਊਗੀ ਯੈਸ ਨਹੀਂ ਸੋਚਣਾ ਇਹ ਤਾਂ ਜਿਆਦਾ ਸੋਚੀ ਹੈ ਹਾਂ ਸੋਚਣ ਦੇ ਕਿਹੜੇ ਪੈਸੇ ਲੱਗਦੇ ਆ ਕਿਹੜੇ ਪੈਸੇ ਲੱਗਦੇ ਆ 100 ਤਾਂ ਆਮ ਆਦਮੀ ਪਾਰਟੀ ਨੇ ਵੀ ਕਹਿ ਦਿੱਤਾ ਸੀ 2017 ਚ ਵਾਓ 100 ਦਾ ਵਾਦ ਸੀਟਾਂ ਹਨ ਜਾ ਰਹੀਆਂ ਨੇ ਬਸ ਲਾ ਦੇਣਾ ਫਿਰ ਬਾਅਦ ਸ ਆਪਣਾ ਪ੍ਰਚਾਰ ਤੇ ਜ਼ੋਰ ਦੇ ਦਾਂਗੇ ਥੋੜਾ ਜਿਹਾ ਹੂੰ ਪ੍ਰਚਾਰ ਕੀ ਕਰਨਾ ਹੁੰਦਾ ਮਤਲਬ ਫਲਾਣੇ ਨੂੰ ਕਹਤੋਂਗੇ ਇਹ ਕੀਤਾ ਤੇ ਮਗਾਣੇ ਨੂੰ ਕਹ ਤੂੰ ਇਹ ਕੀਤਾ ਤੂੰ ਇਹ ਕੀਤਾ ਇਹਨਾਂ ਨੇ ਜੀ ਰੇਤਾ ਖਾਇਆ ਰੇਤਾ ਖਾਇਆ ਇਹਨਾਂ ਨੇ ਜੀ ਬਜਰੀ ਖਾਈ ਇਹਨਾਂ ਨੇ ਜੀ ਬੱਚਿਆਂ ਦੀ ਜਿਹੜੀ ਡਾਈਟ ਆਉਂਦੀ ਸੀਗੀ ਜਿਮ ਵਾਲਿਆਂ ਦੀ ਉਹਨਾਂ ਦੀ ਡਾਈਟ ਖਾ ਲਈ ਉਹ ਵੀ ਖਾ ਲਈ ਇਹਨਾਂ ਨੇ ਜੀ ਜਿਮ ਚੰਬੜਾ ਨੂੰ ਜਿਹੜੇ ਫੰਡ ਆਏ ਸੀ ਇਹਨਾਂ ਨੇ ਉਹ ਖਾ ਲਏ ਉਹ ਖਾ ਲਏ ਉਹ ਸਿੱਖਿਆ ਵਿਭਾਗ ਚੋਂ ਕਿਤਾਬ ਅਕਤੂਬਰ ਦਾ ਜਿਹੜਾ ਮਤਲਬ ਉਹ ਫ੍ਰੀ ਫਰੂਜੇ ਦਿੰਦੇ ਹੁੰਦੇ ਆ ਉਹ ਫੰਡ ਆਇਆ ਸੀਗਾ ਦੇਣ ਵਾਸਤੇ ਉਹ ਵੀ ਉਹ ਫੰਡ ਵੀ ਖਾ ਲਏ ਉਹ ਵੀ ਖਾ ਲਿਆ ਤੁਬਾਸੂ ਮਨ ਆ ਕੀਤਾ ਉਹ ਕੀਤਾ ਬਸ ਸਬੂਤ ਦੇਣਾ ਨਹੀਂ ਹੁੰਦਾ ਨਾ 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 ਲੋੜ ਹੀ ਨਹੀਂ ਸਬੂਤ ਦੇਣ ਦੀ ਐਦੀ ਚੱਲੀ ਜਾਣਾ ਹੈ ਕੰਮ ਹੈਨਾ ਇੱਕ ਤਾਂ ਦੇਖੋ ਸਭ ਤੋਂ ਪਹਿਲਾਂ ਮੈਂ ਉਹੀ ਗੱਲ ਕਹਿਣਾ ਚਾਹੁੰਨਾ ਵੀ ਅਸੀਂ ਐਦਾਂ ਦੇ ਝਾਂਸਿਆਂ 'ਚ ਅਸੀਂ ਆ ਜਾਂਦੇ ਹੁੰਦੇ ਮਿੰਟੋ ਮਿੰਡੀ ਹੈਨਾ ਕਿ ਵੀ ਯਾਰ ਪਾਰਟੀ ਬਣਾ ਕੇ ਵੀ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਮਤਲਬ ਇੱਕ ਹੁਣ ਤੁਸੀਂ ਇਹ ਦੇਖੋ ਸਭ ਤੋਂ ਪਹਿਲਾਂ ਅਸੀਂ ਸਨ 2000 ਕਦੋਂ ਆਏ ਸੀ 14 'ਚ ਸਨ 2014 ਦੀ ਗੱਲ ਹੈ ਵੈਨ ਆਈ ਵਾਸ ਅ ਕਿਡ 2014 ਤੁਸੀਂ ਬੱਚੇ ਸੀ ਔਰ ਮੈਂ ਮੁੱਛਾ ਦਾੜੀ ਲੈ ਕੇ ਪੈਦਾ ਹੋਇਆ ਥੋੜੇ ਹੱਬ ਨਾਲ ਮੋਦੀ ਸਾਹਿਬ ਵਾਂਗੂ 2014 ਚ ਪੈਦਾ ਹੋਈ ਸੀ ਨਹੀਂ ਅੱਡਾ ਵੀ ਨਹੀਂ ਪਰ ਮੁੱਛਾ ਦਾੜੀ ਨਹੀਂ ਸੀ ਆਈ ਤਾਂ ਮੈਂ ਆਪਣੇ ਆਪ ਨੂੰ ਬੱਚਾ ਮੰਨਦਾ ਸੀ ਦੇਖੋ ਮੈਂ ਗੱਲ ਕਰ ਰਿਹਾ ਸੀ ਇਹ ਵੀ ਯਾਰ 14 2014 ਦੇ ਵਿੱਚ ਮੋਦੀ ਸਾਹਿਬ ਆਏ ਦੀ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਮਤਲਬ ਸਭ ਤੋਂ ਪਹਿਲਾਂ ਚਾਂਸ ਆ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਬੰਦਨਾ ਬੰਦਨਾ ਲੱਖ ਰੁਪਏ ਆ ਕੇ ਬੇਟੇ 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 ਬੰਦਨਾ ਬੰਦਨਾ ਲੱਖ ਰੁਪਏ ਆਪਕੇ ਅਕਾਊਂਟ ਮੈਂ ਆ ਸਕਤੇ ਹਨ ਬੇਟੇ ਨੇ ਕਿਹਾ ਸੀ ਮਿੱਤਰੋਗੇ ਸੀ ਆ ਮਤਰਾ ਯਾਰ ਮਤਰਾ ਮਤਰਾ ਅੰਦਰਾ ਵੰਦਰਾ ਆਖਰਵੇਂ ਆ ਗਿਆ ਆਉਗਾ ਕੌਣ ਮੈਂ ਆ ਸਕਤੇ ਆ ਚਲੋ ਆਪਾਂ ਗਿਓ ਯਾਰ ਪਤਾ ਪਤਾ ਲਾ ਕੇ ਯਾਰ ਥੋੜਾ ਥੋੜੀ ਹੁੰਦਾ 15 15 ਲੱਖ ਹਾਂ ਚਲੋ ਆਪਾਂ ਸੋਚੇ ਵੀ ਚਲੋ ਠੀਕ ਹੈ ਵੋਟਪਾਤ ਵਾਤ ਵਾਤ ਵਾਤੋ ਬਾਤ ਦੀ ਵੋਟਾ ਜਦੋਂ ਡੀਮੋਨਟਾਈਜੇਸ਼ਨ ਹੋਈ ਨਾ ਲੋਕੀ ਲੋਕੀ ਪਾਗਲ ਹੋ ਗਏ ਤੇ ਕਿ ਵੀ ਯਾਰ ਇਹ ਕੀ ਸਿੱਕੇ ਕਿਹੜੇ ਕਮੀ ਪਏ ਆਪਣੇ ਪੈਸੇ ਅਸੀਂ ਯਾਰ ਮੈਂ ਮਿਹਨਤ ਦੇ ਫਿਰ 15 15 ਲੱਖ ਰੁਪਏ ਕਿ 15 15 ਰੁਪਏ ਨੂੰ ਤਾਸਰੇ ਸੀਗੇ ਅਸੀਂ ਕਿ 15 ਰੁਪਏ ਮਿਲ ਜੇ ਮੈਂ 500 ਕੋਈ ਰੱਖ ਲਵਾ ਆਪਣੇ ਕੋਲੇ ਵਿ 15 ਰੁਪਏ ਦੇ ਦੇ ਬਸ ਯਾਰ ਜਿਹੜਾ ਪਈਆ ਸੀਗਾ ਬੈਂਕ ਚੋਂ ਵੀ ਕਢਾ ਲੇ ਉਹ ਯਾਰ ਐਡਾ ਔਖਾ ਹੋ ਗਿਆ ਤਾਂ ਕੰਮ ਚਲੋ ਉਦੋਂ ਬਾਅਦ ਆਈ ਪੰਜਾਬ ਦੀ ਵਾਰੀ ਹੂੰ ਪੰਜਾਬ ਚ ਆਏ ਕੈਪਟਨ ਪੰਗੜਾ ਕੈਪਟਨ ਸਾਹਿਬ ਜਦੋਂ ਆਏ ਹੈਨਾ ਕੈਪਟਨ ਸਾਹਿਬ ਆਏ ਉਹ ਕਹਿੰਦੇ ਵੀ ਯਾਰ ਮੈਂ ਲੱਕ ਤੋੜ ਦਿਆਂ ਆਖਰੀ ਵਾਰੀ ਆ ਮੇਰਾ ਮੈਂ ਦੇਖ ਲੈ ਤੁਸੀਂ ਬਾਦੋ ਵੋਟਾਂ ਆਖਰੀ ਵਾਰੀ ਹੈ ਬੇਟਾ ਮੇਰਾ ਬੇਟੇ ਬੇਟੇ ਆਖਰੀ ਵਾਰੀ ਹੈ ਨਹੀਂ ਕਿ ਐਸੇ ਲੱਕ ਤੋੜ ਦਿਆਂਗੇ ਤੋੜ ਦੂ ਮੈਂ ਲੱਕ ਤੋੜ ਦੂ ਪੰਜਾਬੀਆਂ ਦਾ ਪੰਜਾਬੀਆਂ ਦਾ ਨਹੀਂ ਕਹਿੰਦੇ ਮੈਂ ਲੱਕ ਤੋੜ ਦੂ ਨਸ਼ੇ ਦਾ ਅਰ ਆਖਰੀ ਵਾਰੀ ਹੈ ਕਹਿੰਦਾ ਆਖਰੀ ਵਾਰੀ ਜੇ ਮੈਂ ਹਾਰਿਆ ਮੈਂ ਛੁੱਟੀ ਮੈਂ ਗੋਆ ਤੀਰਥ ਯਾਤਰਾ ਚਲ ਜੂ ਗੋਆ ਤੀਰਥ ਯਾਤਰਾ ਉਹ ਸੌਰੀ ਸੌਰੀ ਗੋਆ ਨਹੀਂ ਮੈਂ ਬੈਂਕੋਕ ਚਲ ਜੂ ਤੀਰਥ ਯਾਤਰਾ ਨੂੰ ਬੈਂਕੋਕ ਦੀ ਥੀਰਥ ਯਾਤਰਾ ਉਹ ਯਾਰ ਜਿੱਥੇ ਮਰਜੀ ਜਾਣ ਵੀ ਕਹਿੰਦੇ ਵੀ ਮੈਂ ਨਹੀਂ ਲੜਨੀ ਯਾਰ ਮੈਂ ਨਹੀਂ ਉਸ ਤੋਂ ਬਾਅਦ ਮੈਂ ਫਰੀ ਮੈਂ ਬਸ ਮੈਂ ਛੁੱਟੀ ਬਸ ਵੀ ਮਤਲਬ ਮੈਂ ਚੋਣ ਨਹੀਂ ਲੜਦਾ ਫਿਰ ਬਸ ਇਹਦਾ ਕੱਲਾ ਰੋ ਮੈਂ ਨਹੀਂ ਮੈਂ ਲੜਨ ਮੈਂ ਮੈਂ ਨਹੀਂ ਲੜਨੀ ਨਹੀਂ ਜਿਸ ਹਿਸਾਬ ਨਾਲ ਉਹਨੇ ਕਿਹਾ ਵੀ ਅਪਨ ਲੋਕਾਂ ਬਈ ਸੱਚੀ ਯਾਰ ਯਾਰ ਕੋਈ ਛੋਟੀ ਗੱਲ ਨਹੀਂ ਆ ਯਾਰ ਬੰਦਾ ਐਨ ਸਾਹਮਣੇ एलान ਕਰ ਰਿਹਾ ਯਾਰ ਬੰਦਾ ਮਗੈਂ ਛੁੱਟੀ ਲੈਣੀ ਹੈ ਜਿਸ ਹਿਸਾਬ ਨਾਲ ਐਲਾਨ ਹੁੰਦੇ ਆ ਇਹ। ਨਹੀਂ ਮਤਲਬ ਲੋਕਾਂ ਨੇ ਫਿਰ ਸੋਚਿਆ ਵੀ ਸਾਰਾ ਵਿਕਾਸ ਇਹਨਾਂ ਨੇ ਹੀ ਕਰਨਾ ਕਿਤੇ ਐ ਕਿਤੇ ਅਸੀਂ ਵੰਜੇ ਰਹੀ ਜੀ ਪਤਾ ਨਹੀਂ ਕਿਹੜੇ ਵਿਕਾਸ ਤੋਂ। ਐਗਜ਼ੈਕਟਲੀ। बिकॉज़ ਨਾ ਹੋਇਆ ਫਿਰ ਵੀ ਅਸੀਂ ਆਪਣੇ ਆਪ ਨੂੰ ਮਾਫ਼ ਕਿੱਦਾਂ ਕਰਾਂਗੇ ਯਾਰ ਜਿਸ ਹਿਸਾਬ ਨਾਲ ਇਹ ਬੰਦਾ ਕਹਿ ਰਿਹਾ ਕਿ ਲੱਕ ਤੋੜ ਦੂੰਗਾ ਮੈਂ ਲੱਕ ਤੋੜ ਦੂੰ। ਅਸਲ 'ਚ ਉਹਨੇ ਨਾ ਕੀ ਆਤਾ ਨਸ਼ੇ ਨਾਲ ਲੱਕ ਤੋੜ ਦਾਂਗੇ। ਹਾਂ। ਫਿਰ ਲੱਕ ਪੰਜਾਬੀਆਂ ਨਾਲ ਅੱਗੇ ਕਰ ਲਿਆ। ਕੀ ਜੀ ਨਸ਼ੇ ਬਾਤ ਆਲੋ ਪਹਿਲਾਂ ਸਾਡੀ ਬੱਕੀ 'ਚ ਮਾਰੋ ਗੋਡਾ ਕੈਪਟਨ ਸਾਹਿਬ। ਫਿਰ ਉਹਨੇ ਨਾ ਜੋ ਗੋਡਾ ਸੱਟ ਪੰਜਾਬੀਆਂ ਦੀ ਬਖੀਆਂ ਦੇ ਵਿੱਚ ਲੋਕਾਂ ਦੇ ਨਹੀਂ ਨਸ਼ੇ ਦਾ ਲੱਕ ਨਹੀਂ ਟੁੱਟਿਆ ਹੂੰ ਲੋਕਾਂ ਦਾ ਲੱਕ ਟੁੱਟ ਗਿਆ ਨਹੀਂ ਲੋਕਾਂ ਦਾ ਤਾਂ ਲੱਕ ਟੁੱਟ ਗਿਆ ਇਹ ਗੱਲ ਤਾਂ ਸਹੀ ਹੈ ਤੁਹਾਡੀ ਪਰ ਪੰਜਾਬੀਆਂ ਨੇ ਆਪ ਨਹੀਂ ਲੱਕ ਮੁਰੇ ਕੀਤੇ ਇਹਨਾਂ ਨੇ ਕਰਵਾਏ ਨੇ ਵਾਦੇ ਪੂਰੇ ਨਾ ਕਰਕੇ ਗੱਲ ਇਹ ਵੀ ਹੈ ਆਪਾਂ ਹਿਸਾਬ ਰੱਖਣਾ ਆਪਾਂ ਸਾਹਬ ਰੱਖਣਾ ਸਾਹਬ ਰੱਖਾਂਗੇ ਵੀ ਕਿਹੜਾ ਲੀਡਰ ਕੀ ਬੋਲਦਾ ਐਤ ਕੀ ਆਪਾਂ ਸਾਹਬ ਰੱਖਾਂਗੇ ਹਾਂ ਯੈਸ ਡੈਰੀ ਲਾ ਲੈਣੀ ਮੋਤੀ ਜੀ ਯੈਸ ਉਹਦੇ ਤੇ ਲਿਖ ਲੈਣਾ ਪਹਿਲਾ ਪਾਰਟੀ ਦਾ ਨਾਮ ਉਹਦੇ ਸਾਰੇ ਲੀਡਰਾਂ ਦੇ ਨਾਮ ਫਿਰ ਅਗਲੀ ਪਾਰਟੀ ਦੇ ਨਾਮ ਫਿਰ ਸਾਰੇ ਲੀਡਰਾਂ ਦੇ ਨਾਮ ਕਿਨੇ ਕੀ ਬਿਆਨ ਦਿੱਤਾ ਕਿਹੜੀ ਰੈਲੀ 'ਚ ਦਿੱਤਾ ਕਿਹੜੇ ਇੰਟਰਵਿਊ 'ਚ ਦਿੱਤਾ ਕਿਹੜੇ ਚੈਨਲ ਤੇ ਦਿੱਤਾ ਕਿ ਮਤਲਬ ਜਿੱਥੇ ਵੀ ਦਿੱਤਾ ਜਿੱਥੇ ਵੀ ਬਿਆਨ ਅਖਬਾਰਾਂ 'ਚ ਵੀ ਅਖਬਾਰਾਂ 'ਚ ਵੀ ਦਿੱਤਾ ਚਾਹੇ ਆਪਾਂ ਬਿਆਨ ਰੱਖ ਲੈਣਾ ਲਿਖੀ ਇਹ ਲਿਖ ਲੈਣਾ ਕਿੰਨੇ ਵਜੇ ਦਿੱਤਾ ਕਿੰਨੀ ਤਰੀਕ ਨੂੰ ਦਿੱਤਾ ਸਾਰਾ ਕੁਝ ਆਕ ਲੈਣਾ ਤਾਂ ਕਿ ਅਗਲੇ ਨੂੰ ਸਬੂਤ ਵੀ ਹੋ ਜਵੇ ਫਿਰ ਜਦੋਂ ਇਹਨਾਂ ਦੀ ਸਰਕਾਰ ਜਿਹਦੀ ਨਾ ਬਣੀ ਉਹਦੇ ਤੋਂ ਆਪਾਂ ਲੈਣਾ ਕੀ ਜਿਹਦੀ ਬਣ ਗਈ ਫਿਰ ਉਹਨਾਂ ਨੂੰ ਲੋਕਾਂ ਨੂੰ ਕਹਿ ਦੇਣਾ ਵੀ ਯਾਰੇ ਦੇਖੋ ਜੀ ਆ ਇਹਨਾਂ ਨੇ ਵਾਅਦੇ ਕੀਤੇ ਸੀ ਪੁੱਛੋ ਇਹਨ ਯਾਰ ਉਹੀ ਗੱਲ ਨਾ ਅਸਤੀਫਾ ਲੈ ਕੇ ਚੱਲੋ ਆਪਣਾ ਨਾਲ ਯਾਰ ਜੇ ਤੁਸੀਂ ਨਹੀਂ ਕੰਮ ਕਰਦੇ ਹੋ ਸਾਈਨ ਕਰਕੇ ਦਿਓ ਹੈ ਅੱਛਾ ਮੈਨੂੰ ਇਹ ਗੱਲ ਦੱਸੋ ਜਿੱਦਾਂ ਜਿਵੇਂ ਕਿ ਪਹਿਲਾਂ ਵੀ ਹੋਇਆ ਐਨੇ ਸਾਰੇ ਵਾਦੇ ਵਗਦੇ ਕੀਤੇ ਇਹਨਾਂ ਨੇ ਐ ਐ ਐਤਕੀ ਵੀ ਹੋਇਆ ਇਦਾਂ ਦਾ ਕੁਝ ਮਤਲਬ ਹੈ ਇਸ ਵਾਰ ਵੀ ਮਤਲਬ ਕੁਝ ਇਦਾਂ ਦਾ ਉਹ ਅਸਤੀਫਾ ਨਹੀਂ ਸੋਰੀ ਕਹਿੰਦੇ ਮੈਂ ਮੈਂ ਸਿਆਸਤ ਛੱਡ ਦਿਉਂ ਕਹਿੰਦੇ ਸਿਆਸਤ ਛੱਡ ਦੂੰ ਇਹ ਜਿਹੜੇ ਪਹਿਲਾਂ ਦੇ ਮਤਲਬ ਉਹੀ ਚੀਜ਼ਾਂ ਦੁਬਾਰਾ ਆ ਰਹੀਆਂ ਨੇ ਸਾਹਮਣੇ ਉਹੀ ਚੀਜ਼ਾਂ ਦੁਬਾਰਾ ਆ ਰਹੀਆਂ ਨੇ ਸਾਹਮਣੇ ਅਨੂਜੀ ਖੋਲੋ ਆਪਣਾ ਦਸਤਾਵੇਜ਼ ਰਾਜਵਿੰਦ ਸਿੰਘ ਸਾਹਿਬ ਕਹਿੰਦੇ ਜੇ ਅਕਾਲੀ ਹਾਂਜੀ ਜੇ ਅਕਾਲੀ ਦਲ ਹਾਂਜੀ 15 ਸੀਟਾਂ ਜਿੱਤ ਗਈ ਹਾਂਜੀ ਮੈਂ ਸਿਆਸਤ ਛੱਡ ਦਿਆਂ 15 ਸੀਟਾਂ ਜਿੱਤ ਕੇ ਦਿਖਾਏ ਜਾਂਦੇ ਅਕਾਲੀ ਦਲ ਅਕਾਲੀ ਦਲ 15 ਸੀਟਾਂ ਜਿੱਤ ਕੇ ਦਿਖਾਵੇ ਤਾਂ ਮੈਂ ਸਿਆਸਤ ਛੱਡ ਦੂੰ ਇਹ ਟਰਾਂਸਪੋਰਟ ਮੰਤਰੀ ਕਹਿ ਰਹੇ ਨੇ ਰਾਜਾ ਵੜਿੰਗਾਂ ਰਾਜਾ ਰਾਜਾ ਸੌਰੀ ਟਰਾਂਸ ਸੌਰੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਕਹਿ ਰਹੇ ਨੇ ਕਿ ਜੇ ਜੇ ਕਿਤੇ ਤੁਹਾਹਨੂੰ ਹਿਸਾਬ ਲਾਓ ਜੇ ਕਿਤੇ ਸੱਚੀ ਅਕਾਲੀ ਦਲ ਨੂੰ 15 ਕਿੱਟਾ ਆ ਗਿਆ ਲਿਖ ਕੇ ਦੇ ਰਹੇ ਹੋ ਇਹਨਾਂ ਨੂੰ ਲਿਖ ਕੇ ਦੇ ਦਿਓ ਬਹੁਤ ਕੱਬੀ ਮੈਡਮ ਹੈ ਬਹੁਤ ਕੱਬੀ ਤੁਹਾਡੇ ਮਗਰ ਬੈਜੇਗੀ ਤੁਸੀਂ ਐਦਾਂ ਕਿਹਾ ਸੀਗਾ ਪੱਕਾ ਤੁਸੀਂ ਲਿਖ ਲਿਓ ਉਹਨੂੰ ਜੀ ਮੈਂ ਬਿਆਨ ਕੱਟ ਕੇ ਰੱਖ ਲੈ ਸਾਈਡ ਤੇ ਆਪਣੇ ਕੋਲ ਅਸੀਂ ਮਗਰ ਬੈਜਣਾ ਕਿ ਤੁਸੀਂ ਆਹ ਬੋਲੇ ਆਹ ਬੋਲੇ ਅਸੀਂ ਰੱਖ ਲੈਣਾ ਛੱਡੋ ਸਿਆਸਤ ਹੈ ਹਾਂ ਹੁਣ ਦੱਸੋ ਹੁਣ ਕੀ ਕਰਨਾ ਤੁਸੀਂ ਹਾਂ ਅਗਲਾ ਪਲਾਨ ਕੀ ਹੈ ਬੱਸਾਂ ਹੀ ਚਲਾਨੀਆਂ ਆਇਆ ਫਿਰ ਕੀ ਕਰਨਾ ਅਗਲਾ ਪਲਾਨ ਅੱਛਾ ਅੱਗੇ ਹਾਂਜੀ ਇਸ ਤੋਂ ਬਾਅਦ ਕਹਿੰਦੇ ਜੇ ਮੇਰਾ ਪੁੱਤ ਨਵਤੇਜ ਚਿੰਮਾ ਤੋਂ ਘੱਟ ਵੋਟਾਂ ਲੈ ਕੇ ਗਿਆ ਤਾਂ ਮੈਂ ਸਿਆਸਤ ਛੱਡ ਦੂੰ ਰੈਣਾ ਗੁਰਜੀਤ ਕਹਿੰਦੇ ਰਾਣਾ ਗੁਰਜੀਤ ਕਹਿੰਦੇ ਜੇ ਮੇਰਾ ਪੁੱਤ ਉਹਦਾ ਪੁੱਤ ਕਿਹੜੀ ਪਾਰਟੀ ਤੋਂ ਖੜਾ ਹੈ? ਆਜ਼ਾਦ ਖੜਾ ਹੋ। ਅੱਛਾ ਆਜ਼ਾਦ ਖੜਾ ਹੋਇਆ। ਕਿਸ ਤੋਂ ਨਵਤੇਜ ਚੀਮਾ ਤੋਂ? ਹਾਂ। ਨਵਤੇਜ ਚੀਮਾ ਕਾਂਗਰਸ ਤੋਂ। ਨਵ ਨਵ ਨੇ ਉਹ ਵੀ ਮੈਂ ਕਹਾਂ ਨਵਤੇਜ ਚੀਮਾ ਜਿਹੜਾ ਹੈ ਕਾਂਗਰਸ ਤੋਂ ਹੈ। ਹੂੰ। ਔਰ ਗੁਰਜੀਤ ਸਾਹਿਬ ਵੀ ਕਾਂਗਰਸ ਤੋਂ ਨੇ। ਔਰ ਇਨ ਦਾ ਬੇਟੇ ਆਜ਼ਾਦ। ਕਿਹੜਾ ਪਰਿਵਾਰ ਚੱਲ ਰਿਹਾ ਹੈ? ਪਰਿਵਾਰ ਕਿਹੜਾ ਚੱਲ ਰਿਹਾ? ਮਤਲਬ ਇਦਾਂ ਹੀ ਪਰਿਵਾਰ ਚੱਲਦੇ। ਇਧਰ ਜਾਣਾ ਗੁਰਜੀਤ ਸਾਹਿਬ। ਦੇਖੋ ਅਸਲ ਜੇ ਸੀਗਾ। ਕਿ ਗੁਰਜੀਤ ਸਾਹਿਬ ਆਪਣੇ ਬੇਟੇ ਨੂੰ ਚਾਹੁੰਦੇ ਸੀਗੇ ਵੀ ਇਹਨੂੰ ਟਿਕਟ ਮਿਲੇ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਫਿਰ ਉਹ ਕਹਿੰਦੇ ਵੀ ਨਾ ਲੜਨਾ ਤਾਂ ਮੈਂ ਹੈ ਚੋਣਾ ਮੈਂ ਆਜ਼ਾਦ ਖੜੂ ਆਜ਼ਾਦ ਖੜੂ ਇਹ ਕਹਿੰਦੇ ਫਿਰ ਗੁਰਜੀਤ ਸਾਹਿਬ ਕਹਿੰਦੇ ਫਿਰ ਮੈਂ ਉਹਦੇ ਵਾਸਤੇ ਵੋਟਾਂ ਮੰਗੂਗਾ ਯਾਰ ਇੰਨਾ ਉੜ ਜਾਇਆ ਕਿਉਂ ਪਿਆ ਇੰਨਾ ਨੇ ਯਾਰ ਇਹ ਸਿਆਸਤ ਕਰ ਕੇ ਕਿਆ ਕਰ ਰਹੇ ਨਾ ਉੜ ਜਾਏ ਪਿਆ ਯਾਰ ਇਸ ਕੀ ਤੁਸੀਂ ਇਹ ਦੱਸੋ ਵੀ ਲੋਕਾਂ ਦਾ ਕੀ ਫਾਇਦਾ ਹੈ ਕੋਈ ਲੋਕਾਂ ਦਾ ਫਾਇਦਾ ਲੋਕ ਕੀ ਆਸ ਵਿੱਚ ਪਤਾ ਕੀ ਐਦਾਂ ਬੈਠੇ ਹੋਣੇ ਯਾਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸੋਚ ਰਹੇ ਹਾਂ ਵੀ ਅਸੀਂ ਆਪ ਪਾਰਟੀ ਨੂੰ ਸਮਰਥਨ ਦੇਣਾ ਤੇ ਅਗਲੇ ਦਿਨ ਉਹ ਸਾਰੀ ਪਾਰਟੀ ਜਾ ਕੇ ਕਿਸੇ ਹੋਰ ਪਾਰਟੀ ਕਿਸੇ ਹੋਰ ਯਾਰ ਅਸੀਂ ਇਸ ਬੰਦੇ ਨੂੰ ਸਮਰਥਨ ਦੇਣਾ ਪਤਾ ਨਹੀਂ ਕਿਹੜੀ ਪਾਰਟੀ ਜਾਂ ਆਪਾਂ ਇਸ ਨੂੰ ਸਮਰਥਨ ਦੇਣਾ ਉਹ ਪਤਾ ਲੱਗਦਾ ਦੂਜੇ ਦਿਨ ਕਿਸੇ ਹੋਰ ਪਾਰਟੀ ਚਲਾ ਜਾਂਦਾ ਹੈ ਹੈਨਾ ਫਿਰ ਯਾਰ ਇੱਕਦਮ ਉਸ ਪਾਰਟੀ ਦੀ ਬੋਟ ਟੁੱਟ ਜਾਂਵੇ ਲੋਕ ਉਧਰ ਨੂੰ ਹੋ ਜੀਏ ਅੱਛਾ ਇਹ ਗੱਲੇ ਨਹੀਂ ਹੈਗੇ ਇਸ ਤੋਂ ਅੱਗੇ ਵੀ ਨੇ ਰੋਜੀ ਬਰਕੰਦੀ ਇਹ ਕਹਿੰਦੇ ਕਿ ਜੇ ਕਿਤੇ ਆਮ ਆਦਮੀ ਪਾਰਟੀ ਪੰਜ ਸੀਟਾਂ ਤੋਂ ਵੱਧ ਵੀ ਲੈ ਗਈ ਨਾ ਮੈਂ ਸੈਸੇ ਛੱਡ ਦੂੰ ਹੁਣ ਇਹ ਦੇਖੋ ਪੰਜ ਸੀਟਾਂ ਵੀ ਇਹ ਇੱਕ मतलब एक लेडी ने किड्डे दम ਨਾਲ ਕਿਹਾ ਹੈ मतलब लेडी ਨਹੀਂ ਹੈ ਬੰਦਾ ਹੈ ਉਹ ਸੌਰੀ ਮੈਨੂੰ ਪਤਾ ਨਹੀਂ ਸੀਗਾ ਇਹ ਰੋਜੀ ਬਰਗੰਦੀ ਬੰਦਾ ਹੈ ਚਲੋ ਠੀਕ ਹੈ ਕੀ ਕਿਹਾ ਇਹਨਾਂ ਨੇ ਆਮ ਆਦਮੀ ਪਾਰਟੀ ਦੇ 5 ਸੀਟਾਂ ਵੀ ਲੈ ਗਈ ਮੈਂ ਸਿਆਸਤ ਛੱਡ ਦਿਆਂ ਮੈਂ ਸਿਆਸਤ ਛੱਡ ਦੂ ਜੇ ਆਮ ਆਦਮੀ ਪਾਰਟੀ 5 ਸੀਟਾਂ ਵੀ ਲੈ ਗਈ ਚਲਿਏ ਠੀਕ ਹੈ मतलब ਅਗਲੇ ਕਹ ਰਹੇ ਸਾਡੀ ਸਰਕਾਰ ਬਣ ਰਹੀ ਹੈ ਲੋਕ ਕਹਿ ਰਹੇ ਵੀ ਮਤਲਬ ਦੇਖੋ ਹੁਣ ਕੀ ਬਣਦਾ ਚਲੋ ਠੀਕ ਹੈ ਥੋੜਾ ਇਹ ਵੀ ਸਵੀਕਾਰ ਕਰਦੇ ਆਸੀਂ ਬਰਗੰਦੀ ਸਾਹਿਬ ਲਿਖ ਲੈਣੇ ਆਸੀਂ ਐਵੀ ਤੇ ਮੈਡਮ ਨੂੰ ਮਗਰ ਪਾ ਦੂੰਗਾ ਮੈਂ ਤੁਹਾਡੇ ਠੀਕ ਹੈ ਮੈਨੂੰ ਹੀ ਮਗਰ ਪਾਇਓ ਤੁਸੀਂ ਸਾਰਿਆਂ ਦੇ ਫੇ ਹੁਣ ਮੈਂ ਮਗਰ ਬਹਿ ਜਾਵਾਂ ਕੋਈ ਨਹੀਂ ਮੈਂ ਇਹਨਾਂ ਦੇ ਮਗਰ ਪੈਣੀ ਹੈ ਇੱਕ ਬ੍ਰੇਕ ਲੱਗੇ ਤੁਸੀਂ ਵੀ ਵਾਪਸ ਆ ਮੁੱਦਮਸੇ ਸਾਡੇ ਕੋਲ ਹੋਰ ਵੀ ਬਹੁਤਨੇ ਕੱਲਾ ਹੋਣਾ ਤੇ ਵੀ ਕਰਾਂਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ੋਅ ਚੱਲ ਰਿਹਾ ਜੀ ਉਲਟ-ਪੁਲਟ ਮੇਰੇ ਨਾਲ ਨੇ ਅਨੂ ਕੋੜਾ ਜੀ ਆਪਾਂ ਕਾਫੀ ਦੇਰ ਦੀ ਗੱਲਬਾਤ ਕਰ ਰਹੇ ਹਾਂ ਥੋੜਾ ਰਿਦਮ ਜਿਆ ਵੀ ਬਣਿਆ ਹੋਇਆ ਹੈ ਅਨੂ ਜੀ ਮੈਂ ਤਾਂ ਇੱਕ ਖਬਰ ਲੈ ਕੇ ਆਇਆ ਖਬਰ ਇੱਕ ਗੱਲਬਾਤ ਲੈ ਕੇ ਆਇਆ ਪੇਸ਼ ਕਰਨ ਲੱਗਿਆ ਮੈਂ ਇੱਕ ਗੱਲਬਾਤ ਤੁ ਕਰੋ ਇੱਕ ਮੁੰਡਾ ਸੀ ਹੂੰ ਉਹਦਾ ਨਾਮ ਸੀ ਮਾਰਟੀਨੇਜ ਹੂੰ ਅੰਤ ਤੁਸੀਂ ਪੁੱਛੋਗੇ 크੍ਰਿਸਚਨ ਹੈ ਕਿ ਹੈ ਮੈਨੂੰ ਨਹੀਂ ਪਤਾ ਕਿ ਹੈ ਮੈਂ ਨਹੀਂ ਪੁੱਛਣਾ ਫੇਰ ਵੀ ਦੱਸ ਦਿੱਤਾ ਮੈਂ ਤੁਹਾਨੂੰ ਦੇਖੋ ਮੈਂ ਕਿੰਨੇ ਪਿਆਰ ਨਾਲ ਸਮਝਾ ਰਿਹਾ ਕਿੰਨਾ ਬਰੀਫਿੰਗ ਸਮਝਾ ਰਿਹਾ ਤੁਹਾਨੂੰ ਮੈਂ ਇੱਕ ਮੁੰਡਾ ਸੀ ਨਾਮ ਹੈ ਉਹਦਾ ਜੀ ਮਾਰਟੀਨੇਜ ਹੂੰ ਉਹਨੇ ਕੀ ਕੀਤਾ ਆਪਣੀ ਉਹਦੀ ਗਰਲਫ੍ਰੈਂਡ ਸੀ ਦੋਨੇ ਬੜੇ ਪਿਆਰ ਕਰਦੇ ਸੀ ਉਹਦਾ ਵਿਆਹ ਵੀ ਹੋਣਾ ਸੀਗਾ ਤਾਂ ਉਹਨਦੀ ਜਿਹੜੀ ਮਾਤਾ ਹੈ ਨਾ ਕੁੜੀ ਦੀ ਮਾਤਾ ਜੀ ਉਹਨਾਂ ਨੂੰ ਕਿਡਨੀ 'ਚ ਕੋਈ ਪ੍ਰੋਬਲਮ ਹੋ ਗਈ ਉਹਣੀ ਉਹ ਕਢਾਣੀ ਪੈਣੀ ਕਿੱਡੀ ਡਾਕਟਰ ਨੇ ਕਹਤਾ ਵੀ ਕਢਾਣੀ ਪੈਣੀ ਹੈ ਤਾਂ ਉਹਨਾਂ ਨੇ ਕੀ ਕੀਤਾ ਮੁੰਡੇ ਨੇ ਆਪਣੀ ਕਿਡਨੀ ਉਹਦੀ ਮੰਮੀ ਨੂੰ ਡੋਨੇਟ ਕਰਤੀ ਚੰਗੀ ਗੱਲ ਹੈ ਤਾਂ ਵਧੀਆ ਗੱਲ ਹੈ ਇੱਕ ਸਿਰਫ ਇਮਪ੍ਰੈਸ ਕਰਨ ਨੂੰ ਉਹਦੀ ਮੰਮੀ ਨੂੰ ਡੋਨੇਟ ਕਰ ਮਕਸਦ ਕੋਈ ਵੀ ਹੋਵੇ ਅਗਲੇ ਨੇ ਕੀਤਾ ਤਾਂ ਵਧੀਆ ਕੀਤਾ ਨਾ ਅਗਲੇ ਦਾ ਬਹੁਤ ਅੱਛੀ ਗੱਲ ਪਹਿਲਾਂ ਮੈਂ ਤੁਹਾਨੂੰ ਲਾਜ਼ਮਤ ਦਿਲ ਛੋਟਾ ਨਾ ਕਰਿਓ ਬਹੁਤ ਵਧੀਆ ਗੱਲ ਹੈ ਮਾਰਟੀਨੇਜ਼ ਜੀ ਅਗਰ ਤੁਸੀਂ ਸਾਡਾ ਸ਼ੋਅ ਦੇਖ ਵੀ ਰਹੇ ਹੋ ਤਾਂ ਗੱਲ ਹੀ ਹੋਈ ਉਹਨੂੰ ਕੁੜੀ ਨੇ ਕਿਤੇ ਹੋਰ ਵਿਆਹ ਕਰ ਲਿਆ ਕਿਤੇ ਹੋਰ ਵਿਆਹ ਕਰ ਲਿਆ ਹਾਂਜੀ ਉਹ ਇੰਪ੍ਰੈਸ ਵਿਚਾਰਾ ਕਿਡਨੀਆਂ بیچ-ਪੇਚ ਉਹ ਕਰਦਾ ਰਿਹਾ ਕੁੜੀ ਕਿਤੇ ਹੋਰ ਵਿਆਹ ਤਿਆਰ ਉਹਦੀ ਮੰਮੀ ਨੇ ਮੈਂ ਚਾਹੁੰਦਾ ਇੱਕ ਵਾਰ ਤੁਸੀਂ ਵੀ ਉਹ ਮੁੰਡੇ ਨੂੰ ਨਾ ਥੋੜਾ ਜਿਹਾ ਦਿਲਾਸਾ ਹੈਗਾ ਸਾਡੇ ਨਾਲ ਦਿਓ ਸਿੰਪੈਥੀ ਸਾਡੀ ਥੋੜਾ ਦਿਲਾਸਾ ਵੀ ਤੇ ਗਲਾਸਾ ਵੀ ਦਿਓ ਕੁਝ ਦਿਓ ਉਹਨੂੰ ਉਹ ਤਾਂ ਦੂਈ ਕੁੜੀ ਕਿਡਨੀ ਕੱਢ ਕੇ ਆਈ ਮਾਈਂਡ ਸੈਟ ਤਾਂ ਨਹੀਂ ਯਾਰ ਮੈਂ ਨਹੀਂ ਰਹਿਣਾ ਇਸ ਤੋਂ ਮੈਨੂੰ ਯਾਦ ਆਇਆ ਉਹਨੇ ਸੋਚਣਾ ਮੁੜ ਕੇ ਵੀ ਤੇਰੇ ਜਾਣੇ ਦਾ ਦੁੱਖ ਨਹੀਂ ਹਾਂ ਜਾਂ ਤੇਰੇ ਬਦਲਣੇ ਦਾ ਦੁੱਖ ਨਹੀਂ ਮਾਸ਼ਾਅੱਲਾ ਮਾਸ਼ਾਅੱਲਾ ਇਰਸ਼ਾਦ ਸ਼ਰਮਿੰਦਾ ਤੋਂ ਮੈਂ ਆਪਣੇ ਯਕੀਨ 'ਤੇ ਹਾਂ ਅਰੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਮੈਨੂੰ ਮੈਨੂੰ ਖੁਦ ਤੇ ਸ਼ਰਮਿੰਦਗੀ ਵੀ ਮੈਂ ਇਹ ਜੇ ਬੰਦੇ ਤੇ ਭਰੋਸਾ ਕੀਤਾ ਉਹ ਕਿਆ ਉਹਦੀ ਕਿਡਨੀ ਕਿਆ ਉਹਦੇ ਦਿਲ ਤੇ ਬੀਤਰੀ ਹੋਣੀ ਆ ਇਸ ਵੇਲੇ ਕਿਡਨੀ ਕਿਡਨੀ ਯਾਰ ਦੇਖੀ ਕਿਡਨੀ ਦਿੱਤੀ ਉਹ ਲੋਕਾਂ ਦੇ ਦਿਲ 'ਚ ਦਰਦ ਹੁੰਦਾ ਉਹਦੀ ਦੂਜੀ ਕਿਡਨੀ 'ਚ ਦਰਦ ਹੁੰਦਾ ਉਹ ਦੂਜੀ ਕਿਡਨੀ ਫੜ ਕੇ ਆ ਬੈਠਾ ਹੋਣਾ ਅੱਛਾ ਜੇ ਅਗਲਾ ਮਤਲਬ ਮੁੜ ਕੇ ਉਹਨੇ ਕਹਿਤਾ ਵੀ ਨਹੀਂ ਮੇਰੇ ਮੇਰੇ ਕਿਡਨੀ ਵਾਪਸ ਕਰੋ ਮੈਂ ਨਹੀਂ ਮੈਂ ਮੈਂ ਨਹੀਂ ਤੂੰ ਮੇਰੀ ਕੁੜੀ ਨਾਲ ਆਪਣਾ ਵਿਆਹ ਨਹੀਂ ਕਰਾ ਮੇਰਾ ਕਿਡਨੀ ਵਾਪਸ ਲੋ ਵਾਪਸ ਵਾਪਸ ਲੋ ਮੈਂ ਤਾਂ ਇਮਪ੍ਰੈਸ ਕਰਨਾ ਨਹੀਂ ਤੁਹਾਨੂੰ ਉਹ ਛੋਟੇ ਬੱਚਿਆਂ ਦੀ ਆਦਤ ਹੁੰਦੀ ਹੈ ਨਾ ਜਦੋਂ ਮੈਂ ਕਿਡਨੀ ਚਾਹੀਦੀ ਮੈਨੂੰ ਕਿਡਨੀ ਚਾਹੀਦੀ ਮੈਨੂੰ ਨਹੀਂ ਉਹ ਕਿਡਨੀ ਮੇਰੇ ਪੈ ਜਾਏਗਾ ਬਾਹਰ ਉਹਦੇ ਕਰ ਦੇ ਕਰ ਦੇ ਬਾਹਰ ਜਾ ਕਰੋ ਕਿਡਨੀ ਹੈ ਕਿਡਨੀ ਹੈ ਬਸ ਥੋੜੀ ਨਹੀਂ ਸੀਗੀ ਤੂੰ ਸੱਚ ਮੈਂ ਦਿਲ ਤੇ ਲੱਗਿਆ ਬ੍ਰੋ ਤੈਨੂੰ ਯਾਰ ਦਾ ਸਮਾਰਟ ਇਨੇਜ ਅਰੁਣ ਜੀ ਅੱਜ ਤੋ ਬਾਅਦ ਕਿਸੇ ਨੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਕਿਉਂ ਐਦਾ ਕਿਉਂ ਖਜ਼ਾਨਾ ਮੰਤਰੀ ਨੇ ਖੁਦ ਕਿਹਾ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ ਓ ਭਾਈ ਮਾਰੋ ਮੈਨੂੰ ਮਾਰੋ ਇੱਕਦਮ ਸੇ ਬਖਤ ਬਦਲ ਦਿਆ ਭਾਈ ਜਜ਼ਬਾਤ ਬਦਲ ਦिए ਯਾਰ ਤੁਸੀਂ ਕੀ ਕਹਿ ਰਹੇ ਹੋ ਬਹੁਤ ਪੈਸਾ ਹੈਗਾ ਖਜ਼ਾਨੇ ਚ ਵਿਕਾਸ ਕਰਨ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਬਹੁਤ ਪੈਸਾ ਹੈ ਫालतू ਚੀਜ਼ਾਂ ਵਾਸਤੇ ਪੈਸਾ ਨਹੀਂ ਹੈਗਾ ਇਹ ਯਾਰ ਅੱਛਾ ਤਾਂ ਫालतू ਚੀਜ਼ਾਂ ਕਿਉਂ ਹੁੰਦੀਆਂ ਮੈਨੂੰ ਇਹ ਦੱਸੋ ਪਹਿਲਾਂ ਇਹ ਤੁਹਾਡੀ ਸਰਕਾਰ ਦੇ ਹਿਸਾਬ ਨਾਲ ਇਹ ਤੁਸੀਂ ਕਿੱਥੋਂ ਲੈ ਕੇ ਆਏ ਹੋ ਖਬਰ ਮੈਨੂੰ ਦੱਸੋ ਕਿਆ ਕਿਆ ਉਹਦੇ ਕਿਆ ਉਹਨਾਂ ਨੇ ਬਈਏ ਖਬਰ ਕਿੱਥੋਂ ਲੈ ਕੇ ਆਉਣੀ ਹੈ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਅੱਜ ਕਰੇਵਾਰ ਕੀ ਮਤਲਬ ਮਾਨੂੰ ਕੋਈ ਪੈਸਾ ਹੈਗਾ ਕਿ ਨਹੀਂ ਉਹਨੇ ਵੀ ਕਿਹਾ ਹਾਂ ਟੋਬੀ ਕਾਣੀ ਟੋਬੀ ਕਾਣੀ ਹੈ ਉਹਨੇ ਆਹ ਥੋੜੀ ਪੁੱਛਣ ਆ ਗਿਓ ਨਹੀਂ ਅੱਛਾ ਤੁਸੀਂ ਆਪਣਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੇ ਕਿਹਾ ਕਿ ਵੀ ਆਰ ਖਜ਼ਾਨਾ ਖਾਲੀ ਨਹੀਂ ਹੈ ਹੈ ਐਂ ਤਾਂ ਕਿੰਦਾ ਖਾਲੀ ਨਹੀਂ ਹੈ ਪਹਿਲਾਂ ਤਾਂ ਕਹਿੰਦੇ ਖਾਲੀ ਹੈ ਉਹ ਤੁਹਾਨੂੰ ਖਾਲੀ ਹੋ ਚਾਹੀਦਾ ਮਤਲਬ ਅਗਲੇ ਨੇ ਕਹਿ ਵੀ ਦਿੱਤਾ ਵੀ ਭਰੇ ਹੋਏ ਤੇ ਹੁਣ ਵੀ ਤੁਹਾਨੂੰ ਇਹੀ ਆ ਵੀ ਪਤਾ ਨਹੀਂ ਕਿਉਂ ਕਹਤਾ ਵੀ ਖਜ਼ਾਨਾ ਭਰਿਆ ਹੋਇਆ ਦੱਸੋ ਬੜੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਕੁਝ ਹੋਰ ਸੁਣਨੇ ਨੂੰ ਮਿਲਿਆ ਸੀਗਾ ਨਾ ਕਿ ਖਜ਼ਾਨੇ ਖਾਲੀ ਹੋ ਗਏ ਐ ਇੰਨੇ ਕੁ ਮਤਲਬ ਮੀਮਸ ਬਣ ਚੁੱਕੇ ਨਾ ਵੀ ਕੋਈ ਦੋਸਤ ਕਿਸ ਨੂੰ ਕਹੇ ਆਪਣੇ ਦੋਸਤ ਨੂੰ ਕਹਿੰਦਾ ਸੀ ਇਹਨੇ ਵੀ ਮੈਨੂੰ ਯਾਰ ਪੈਸੇ ਉਧਾਰ ਦੇ ਤੇ ਉਧਰੋਂ ਦੀ ਥੱਲੋ ਜਾਂਦੀ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਜੇ ਕੋਈ ਇਦਾਂ ਕੋਈ ਮਤਲਬ ਪੈਸੇ ਦੀ ਗੱਲ ਛਿੜਪੇ ਕਿਤੇ ਖ ਕਿਸਾਨਾ ਖਾਲੀ ਕਿਸਾਨਾ ਖਾਲੀ ਹੈ ਮੀਮ ਬਣੇ ਸੀ ਬੜੇ ਤੇ ਉਦਾਂ ਵੀ ਬੜੇ ਮਤਲਬ ਮੀਮ ਬੰਦੇ ਰਹਿੰਦੇ ਨੇ ਵੀ ਜਦੋਂ ਇਦਰੋਂ ਦੀ ਵਾਧਿਆਂ ਦੀ ਝੜੀ ਲੱਗ ਜਾਂਦੀ ਹੁੰਦੀ ਸੀ ਕਿ ਵੀ ਅਸੀਂ ਇੰਨੇ ਪੈਸੇ ਦਿਆਂਗੇ ਅਸੀਂ ਆਹ ਫਰੀ ਚ ਦਿਆਂਗੇ ਅਸੀਂ ਬਿਜਲੀ ਫਰੀ ਕਰਾਂਗੇ ਅਸੀਂ ਰੇਟੇ ਦਾ ਘੱਟ ਕਰਾਂਗੇ ਰੇਟ ਤੇ ਉਧਰੋਂ ਦੀ ਉਹ ਬਾਦਲ ਸਾਹਿਬ ਦੀ ਮਤਲਬ ਇੰਨੀ ਆਏ ਤਸਵੀਰ ਜੀ ਦਿਖਾ ਦਿੰਦੇ ਸੀ ਬੈਠਿਆਂ ਦੀ ਮੀਚਲੇ ਦੇ ਖਜ਼ਾਨਾ ਖਾਲੀ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਬੇ ਹੁਣ ਹੁਣ ਮੈਨੂੰ ਲੱਗਦਾ ਵੀ ਇੰਨਾ ਮੀਮਾ ਦੇ ਉੱਤੇ ਖਲ ਪਊਗੀ ਹਾਂ ਬਿਲਕੁਲ ਹੁਣ ਤਾਂ ਮਤਲਬ ਤੁਸੀਂ ਇਹ ਦੇਖ ਲਓ ਵੀ ਐਦਾਂ ਹੋ ਚੁੱਕਿਆ ਸੀਗਾ ਕਿ ਵੀ ਕੋਈ ਪੁੱਛੇ ਮੈਂ ਡੈਡੀ ਨੂੰ ਪੁੱਛਾਂ ਵੀ ਡੈਡੀ 10 ਰੁਪਏ ਦਿਓ ਯਾਰ ਮੈਂ 10 ਰੁਪਏ ਖਜ਼ਾਨਾ ਖਾਲੀ ਇਹ ਤਾਂ ਫਿਰ ਗੱਲ ਹੀ ਹੋ ਗਿਆ ਨਾ ਨਾਮ ਖਜ਼ਾਨਾ ਖਾਲੀ ਖਜਨਾ ਖਾਲੀ ਖਜਨਾ ਖਾਲੀ ਬਸ ਬਸ ਮਹਿਫਿਲ ਨਹੀਂ ਲਾਉਣੀ ਸਮਝ ਆ ਜਾਂਦਾ ਹੋਗਾ ਤਾਂ ਹੁਣ ਤੁਸੀਂ ਮਹਿਫਿਲ ਸਜਾ ਕੇ ਬੈਠ ਕੇ ਪਹਿਲਾ ਗਾ ਲੈ ਜਾ ਉਹ ਜਾ ਤੁਸੀਂ ਇਕੱਲੇ ਨੇ ਬੈਠ ਕੇ ਇੱਥੇ ਮਹਿਫਿਲ ਲਾਉਣੀ ਹੈ ਆਏ ਜਨਾ ਇਹਨਾਂ ਨੂੰ ਟਿਕਾਉਣਾ ਪੈਣਾ ਥੋੜਾ ਜਿਹਾ ਐਸਾ ਜਿਹਨਾਂ ਦੇ ਅੰਦਰ ਮੈਂ ਦੱਸਿਆ ਮੈਸ਼ੁਰ ਵਾਚ ਦੱਸੇ ਨੇ ਇਹਨਾਂ ਚ ਭੂਤ ਹੁੰਦੇ ਆ ਕਰਦਾ ਇਹ ਕਿਦਾ ਤਾ ਤਾ ਖਜ਼ਾਨਾ ਖਾਲੀ ਅਸੀਂ ਕੱਲ ਦੇ ਸ਼ੋਅ ਤੇ ਵਾਪਸ ਆਵਾਂਗੇ ਹੋਪਫੁਲੀ ਠੀਕ ਰਹਿਣਗੇ ਤੇ ਚਰਚਾ ਜਿਹੜੀ ਹੈਗੀ ਉਹ ਫਿਰ ਉਲਟ ਪੁਲਟ ਮੁੱਦੇ ਮਸਲਿਆਂ ਦੇ ਉੱਤੇ ਜ਼ਰੂਰ ਕਰਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਹਰ ਕਦਮ